ਗੋਇੰਦਵਾਲ ਸਾਹਿਬ ਤੇ ਗੁਰਦੁਆਰਾ ਬੋਲੀ ਸਾਹਿਬ ਵਿਖੇ ਗੁਰਦਾ ਗੱਦੀ ਸਮਾਗਮ ਦਾ ਅੱਜ ਜਿਹੜਾ ਸਮਾਪਤੀ ਦਿਨ ਤੇ ਅੱਜ ਮਹੱਲਾ ਜਿਹੜਾ ਕੁਝ ਦੇਰ ਤੱਕ ਨਿਹਾਲ ਸਿੰਘ ਜੱਥਾ ਦੇ ਸਕਦੇ ਵੱਡੀ ਜਿੱਤ ਦੇ ਵਿੱਚ ਨਿਹਾਲ ਸਿੰਘ ਜੱਥੇ ਬੰਦਿਆਂ ਔਰ ਮਹੱਲਾ ਕੱਢਣ ਨੂੰ ਤਿਆਰ ਹੈ ਔਰ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਅੱਜ ਮਹੱਲਾ ਜਿਹੜਾ ਇੱਥੇ ਕੱਢਿਆ ਜਾਵੇਗਾ ਔਰ ਗੋਇੰਦਵਾਲ ਸਾਹਿਬ ਦੀਆਂ ਤਸਵੀਰਾਂ ਨੇ ਕਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਹੀ ਨਿਹਾਲ ਸਿੰਘ ਜਥੇਬੰਦੀਆਂ ਅਲੱਗ ਅਲੱਗ ਜਥੇਬੰਦੀਆਂ ਪੰਜਾਬ ਦੇ ਜਿਹੜੀਆਂ ਨੇ ਇੱਥੇ ਸ਼ਾਮਿਲ ਹੋਈਆਂ ਨੇ ਔਰ ਇਹ ਤਸਵੀਰਾਂ ਨੇ ਅੱਜ ਦੀਆਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਵੀ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਔਰ ਮਹੱਲਾ ਜਿਹੜਾ ਕੁਝ ਅੱਜ ਜਿਹੜਾ ਇੱਥੇ ਸਜਾਇਆ ਜਾਏਗਾ ਔਰ ਦੱਸ ਦਈਏ ਕਿ ਅੱਜ ਤੋਂ ਜਿਹੜਾ ਗੋਇੰਦਵਾਲ ਸਾਹਿਬ ਗੁਰਦੁਆਰਾ ਬੋਲੀ ਸਾਹਿਬ ਵਿਖੇ ਜਿਹੜੀ ਸੀ ਵੱਡੀ ਗਿਣਤੀ ਵਿੱਚ ਸੰਗਤ ਜਿਹੜੀ ਸੀ ਨਮਸਤਕ ਹੋਈ ਸੀ ਉਸੇ ਤਰੀਕੇ ਦੇ ਨਾਲ ਅਲੱਗ ਅਲੱਗ ਜਗ੍ਹਾਵਾਂ ਤੇ ਜਿਹੜੇ ਸੀ ਔਰ ਲੰਗਰ ਲਗਾਏ ਗਏ ਸੀ ਔਰ ਸੰਗਤ ਜਿਹੜੀ ਸੀ ਦੂਰ ਦੁਰਾਡੇ ਦੇਸ਼ ਵਿਦੇਸ਼ ਤੋਂ ਜਿਹੜੀ ਸਮਾਜ ਜਿਹੜੀ ਨਮਸਤਕ ਹੋਣ ਬੋਲੀ ਜਿਹੜੀ ਸੀ ਵੱਡੀ ਗਿਣਤੀ ਵਿੱਚ ਪਹੁੰਚ ਹੋਈ ਸੀ। ਲਗਾਤਾਰ ਜਿਹੜਾ ਬਿਆਨ ਤੁਸੀਂ ਵੀ ਸੁਣਿਆ ਹੋਣਾ ਵਾਇਰਲ ਹੋ ਰਿਹਾ ਕਿ ਜਿਵੇਂ ਆਪਣੇ ਸਿੱਖ ਜਿਹੜੇ ਪਿੰਡਾਂ ਵਾਲੇ ਜਿਹੜੇ ਜਾਂਦੀ ਨੀ, ਕੀ ਕਹਿਣਾ ਚਾਹੁੰਦੇ ਹੋ? ਦੇਖੋ ਜਿਹੜੀਆਂ ਕਿਸੇ ਵੀ ਕੌਮ ਪ੍ਰਤੀ ਜਿਹੜੇ ਸੈਂਟੀਮੈਂਟਸ ਹੁੰਦੇ ਆ ਉਹਨਾਂ ਨੂੰ ਤੁਸੀਂ ਫਿਲਮੀ ਤੂਪ ਦੇ ਵਿੱਚ ਡਾਇਲੋਗ ਦੇ ਤੌਰ ਤੇ ਵਰਤੋਂਗੇ ਤੇ ਸਹਿਬਣੀ ਆ ਜਿਸ ਕੌਮ ਪ੍ਰਤੀ ਵੀ ਤੁਸੀਂ ਕੋਈ ਲਫ਼ਜ਼ ਵਰਤੋਂਗੇ ਉਹਦੇ ਵਿੱਚ ਇਹਦੀ ਰਿਟੈਲੀਏਸ਼ਨ ਹੁੰਦੀ ਹੈ। ਪਹਿਲਾਂ ਇਹਨੇ ਫਿਲਮ ਦਾ ਟ੍ਰੇਲਰ ਚਲਾਇਆ ਉਦੋਂ ਵੀ ਅਸੀਂ ਇਹਨੂੰ ਨੋਟਿਸ ਵੀ ਦਿੱਤਾ ਤੇ ਅਸੀਂ ਮੀਡੀਆ ਰਾਹੀਂ ਵੀ ਇਹ ਕਿਹਾ ਸੀ ਕਿ ਇੱਦਾਂ ਦੀਆਂ ਘਟਨਾਤਮਕ ਤੌਰ ਤੇ ਜਿਹੜੀਆਂ ਗੱਲਾਂ ਆ ਨਹੀਂ ਕਰਨੀ ਚਾਹੀਦੀ। ਹੁਣ ਫਿਰ ਇਹਦੀ ਕਲੀਅਰੈਂਸ ਦੇ ਦਿੱਤੀ ਆ ਸੈਂਸਰ ਬੋਰਡ ਨੇ, ਪਰ ਮੈਂ ਦੇਖਦਾ ਕਈ ਵਾਰੀ ਸੈਂਸਰ ਬੋਰਡ ਵੀ ਪੱਖਪਾਤੀ ਗੱਲ ਕਰ ਜਾਂਦਾ। ਜਿਹੜੀ ਕੋਈ ਧਾਰਮਿਕ ਗੱਲ ਹੁੰਦੀ ਉਹ ਧਾਰਮਿਕ ਚਾਹੇ ਕੌਮ ਹੋਵੇ ਚਾਹੇ ਹੋਰ ਫਿਰਕਾ ਹੋਵੇ ਉਹਨਾਂ ਕੋਲੋਂ ਕਲੀਅਰ ਕਰਾਉਣੀ ਚਾਹੀਦੀ ਆ। ਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਿਹਨਾਂ ਨੂੰ ਬਹੁਤ ਵੱਡਾ ਮਾਣ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤਾ ਗਿਆ ਤੇ ਸਾਡੇ ਉਹ ਨਾਇਕ ਵੀ ਆ ਤੇ ਹਰ ਇੱਕ ਮਨੁੱਖ ਫਕਰ ਵੀ ਕਰਦਾ ਤੇ ਜੇ ਇੱਦਾਂ ਦੀਆਂ ਘਟਨਾਤਮਕ ਗੱਲਾਂ ਕਰਨੀਆਂ ਆ ਮੇਰਾ ਖਿਆਲ ਹੈ ਇਹ ਉਹਨਾਂ ਦੇ ਹੱਕ 'ਚ ਬਣੇਗੀਆਂ, ਨਹੀਂ ਕਰਨੀਆਂ ਚਾਹੀਦੀਆਂ। ਪੁੱਛਣਾ ਚਾਹੀਦਾ ਜਦੋਂ ਸੰਤ ਸੀਗੇ ਉਦੋਂ ਕੋਈ AK-47 ਦੇਖ ਕੇ ਉਦੋਂ ਹੀ ਦੌੜ ਜਾਣਾ। AK-47 ਕੋਈ ਮਸਲਾ ਨੀ ਗਾ, ਇਹ ਸਿਰਫ ਭੜਕਾ ਰਹੀ ਸਾਰਿਆਂ ਪੱਖਾਂ ਤੋਂ ਕਿਉਂਕਿ AK-47 ਦਾ ਕਿਸੇ ਕੋਲ ਹੈਗਾ ਗੁਰਦਾਸ ਇੱਥੇ ਭੜਕਾ ਕਰਕੇ ਇੱਦਾਂ ਦੀਆਂ ਗੱਲਾਂ ਕਰਕੇ ਇਹ ਭੜਕਾਟ ਕਰਦੀ ਹੈ ਇਹ ਬਾਜ ਆਉਣਾ ਚਾਹੀਦਾ। ਚਲੋ ਨਹੀਂ ਟਿੱਪਣੀਆਂ ਚਾਹੀਦੀਆਂ ਤੇ ਚਾਹੀਦੀਆਂ ਨੇ, ਇਸ ਤੇ ਕਰਦੇ ਕਹਿੰਦੇ ਆ ਫਿਰ ਜਿਹੜੇ ਕੋਈ ਆਪਣੇ ਜਥੇਬੰਦੀ ਜਾਂ ਸ਼੍ਰੋਮਣੀ ਕਮੇਟੀ ਨੂੰ ਟਿੱਪਣੀ ਹੁੰਦੀ ਫਿਰ ਚੀਕਦੇ ਆ ਤੇ ਨਹੀਂ ਇੱਦਾਂ ਦੀ ਗੱਲ ਕਰਨੀ ਚਾਹੀਦੀ।